ਮੇਰੇ ਕਾਲਜ ਦੇ ਦਿਨਾਂ ਵਿੱਚ ਮੇਰੇ ਕੁਝ ਵਾਲ ਝੜਨ ਲੱਗੇ ਤੇ ਫਿਰ ਹੌਲੀ ਹੌਲੀ ਮੇਰੇ ਸਿਰ ਉੱਤੇ ਗੰਜੇਪਨ ਦੇ ਕੁਝ ਨਿਸ਼ਾਨ ਵੀ ਦਿਸਣ ਲੱਗੇ। ਜਿਵੇਂ ਜਿਵੇਂ ਦਿਨ ਬੀਤ ਰਹੇ ਸਨ ਉਹ ਨਿਸ਼ਾਨ ਵੱਡੇ ਹੋਣ ਲੱਗੇ ਤੇ ਮੇਰੇ ਪੂਰੇ ਸਿਰ ਉੱਤੇ ਹੀ ਫੈਲ ਗਏ। ਇਹ ਵੇਖ ਕੇ ਮੈਂ ਬਹੁਤ ਹੈਰਾਨ ਸੀ। ਇੱਕ ਵਾਰ ਤਾਂ ਮੈਨੂੰ ਇੰਜ ਲੱਗਾ ਕਿ ਮੈਂ ਉਸ ਸਮਾਜ ਵਿੱਚ ਫਿੱਟ ਨਹੀਂ ਹੋ ਪਾਵਾਂਗੀ ਜਿੱਥੇ ਸੁੰਦਰਤਾ ਚਿਹਰੇ ਅਤੇ ਵਾਲਾਂ ਨਾਲ ਜੁੜੀ ਹੋਈ ਹੈ। ਸੋ ਇਹਨਾਂ ਗੱਲਾਂ ਦਾ ਮੇਰੇ ਉੱਤੇ ਬਹੁਤ ਅਸਰ ਪੈ ਰਿਹਾ ਸੀ। ਜਦੋਂ ਵੀ ਮੈਂ ਲੋਕਾਂ ਨਾਲ ਗੱਲਾਂ ਕਰਦੀ ਸੀ ਜਾਂ ਫਿਰ ਮੈਂ ਨਵੇਂ ਲੋਕਾਂ ਨੂੰ ਮਿਲਦੀ ਸੀ ਤਾਂ ਉਹ ਹਮੇਸ਼ਾ ਮੇਰੇ ਵਾਲਾਂ ਨੂੰ ਠੀਕ ਕਰਨ ਬਾਰੇ ਮੈਨੂੰ ਨਵੀਆਂ ਨਵੀਆਂ ਸਲਾਹਾਂ ਦਿੰਦੇ ਸਨ। ਮੈਂ ਜਦੋਂ ਵੀ ਕੋਈ ਨਵੀਂ ਗੱਲ ਸ਼ੁਰੂ ਕਰਦੀ ਤਾਂ ਉਹ ਗੱਲ ਘੁੰਮ ਫਿਰ ਕੇ ਮੇਰੇ ਵਾਲਾਂ 'ਤੇ ਆ ਜਾਂਦੀ ਸੀ। ਕਿਸੇ ਨੂੰ ਵੀ ਇਸ ਗੱਲ ਦੀ ਪਰਵਾਹ ਨਹੀਂ ਸੀ ਕਿ ਮੈਨੂੰ ਇਹ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ। ਮੈਂ ਤਰ੍ਹਾਂ ਤਰ੍ਹਾਂ ਦੇ ਤੇਲ ਵਰਤਣ ਲੱਗੀ ਜਿਵੇਂ ਕਿ ਆਯੁਰਵੈਦਿਕ ਤੇਲ ਅਤੇ ਹੋਰ ਵੀ ਕਈ ਤਰ੍ਹਾਂ ਦੇ ਤੇਲ। ਲੇਕਿਨ ਇੱਕ ਮੋੜ 'ਤੇ ਆ ਕੇ ਮੈਂ ਥੱਕ ਗਈ ਅਤੇ ਮੇਰੇ ਕੋਲ ਆਖਰੀ ਰਾਹ ਬਸ ਪਰਮੇਸ਼ਰ ਸੀ। ਅਤੇ ਫਿਰ ਮੈਂ ਗੋਡੇ ਟੇਕ ਕੇ ਪ੍ਰਾਰਥਨਾ ਕਰਨ ਦਾ ਫੈਸਲਾ ਕੀਤਾ। ਸ਼ੁਰੂ 'ਚ ਜਦ ਮੈਂ ਪ੍ਰਾਰਥਨਾ ਕਰਦੀ ਸੀ ਮੈਂ ਪਰਮੇਸ਼ਰ ਨੂੰ ਕਹਿੰਦੀ ਸੀ, ਪਰਮੇਸ਼ਰ ਬਸ ਤੂੰ ਮੇਰੇ ਵਾਲ ਮੋੜ ਦੇ। ਜਦੋਂ ਇਸ ਤਰ੍ਹਾਂ ਨਹੀਂ ਹੋ ਰਿਹਾ ਸੀ, ਮਤਲਬ ਜਦੋਂ ਮੇਰੇ ਵਾਲ ਵਾਪਸ ਨਹੀਂ ਆ ਰਹੇ ਸਨ ਤਾਂ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕਰਾਂ ਅਤੇ ਕੀ ਕਰਾਂ। ਅਤੇ ਫਿਰ ਇੱਕ ਮੋੜ 'ਤੇ ਮੈਂ ਆਪਣੇ ਆਪ ਨੂੰ ਕਿਹਾ, ਸੁਸ਼ਮਾ ਬਸ ਹੁਣ ਬਹੁਤ ਹੋ ਗਿਆ, ਤੂੰ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੀ ਅਤੇ ਇਹੋ ਹੀ ਤੇਰਾ ਅੰਤ ਹੈ, ਕਿਉਂਕਿ ਜਦੋਂ ਤੂੰ ਬਾਹਰ ਨਿਕਲੇਗੀ ਤਾਂ ਤੇਰੇ ਲਈ ਸਭ ਕੁਝ ਕਰਨਾ ਹੋਰ ਔਖਾ ਹੋਵੇਗਾ। ਪਰ ਮੈਂ ਪ੍ਰਾਰਥਨਾ ਕਰਨੀ ਨਹੀਂ ਛੱਡੀ, ਭਾਵੇਂ ਕਿ ਮੇਰੇ ਸਿਰ 'ਤੇ ਵਾਲ ਨਹੀਂ ਆ ਰਹੇ ਸਨ। ਪਰ ਬਾਰ ਬਾਰ ਪਰਮੇਸ਼ੁਰ ਕੋਲ ਜਾਣ ਦਾ ਇਹ ਜਿਹੜਾ ਸਫ਼ਰ ਸੀ, ਇਸ ਸਫ਼ਰ ਤੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਮੇਰਾ ਪਰਮੇਸ਼ੁਰ ਮੇਰੇ ਕਿੰਨਾ ਨੇੜੇ ਹੈ। ਮੈਨੂੰ ਇਹ ਮਹਿਸੂਸ ਹੋ ਰਿਹਾ ਸੀ ਕਿ ਪਰਮੇਸ਼ੁਰ ਮੇਰੇ ਬਹੁਤ ਨੇੜੇ ਹੈ, ਕਿਉਂਕਿ ਮੈਂ ਉਸਨੂੰ ਸਾਰੀਆਂ ਗੱਲਾਂ ਕਹਿ ਪਾ ਰਹੀ ਸੀ ਜਿਹੜੀਆਂ ਕਿ ਮੈਂ ਦੂਜੇ ਲੋਕਾਂ ਨੂੰ ਨਹੀਂ ਦੱਸ ਪਾਉਂਦੀ ਸੀ। ਮੈਂ ਉਹ ਸਾਰੀਆਂ ਗੱਲਾਂ ਉਸਨੂੰ ਦੱਸਦੀ ਰਹਿੰਦੀ ਸੀ। ਉਹ ਮੇਰੇ ਸਾਹਮਣੇ ਇਵੇਂ ਆਇਆ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਦੇ ਸਾਹਮਣੇ ਆਉਂਦਾ ਹੈ ਅਤੇ ਆਪਣੇ ਬੱਚੇ ਨੂੰ ਆਜ਼ਾਦੀ ਅਤੇ ਭਰੋਸੇ ਦੇ ਨਾਲ ਪੂਰੀ ਤਰ੍ਹਾਂ ਭਰ ਦਿੰਦਾ ਹੈ। ਅਤੇ ਮੈਨੂੰ ਇਹ ਸਭ ਉਸ ਤੋਂ ਮਿਲ ਰਿਹਾ ਸੀ, ਉਹ ਦੇਖਭਾਲ, ਉਹ ਪਿਆਰ ਅਤੇ ਉਹ ਪ੍ਰਵਾਨਗੀ ਜਿਸ ਵਾਸਤੇ ਮੈਂ ਜਦੋਜਹਿਦ ਕਰ ਰਹੀ ਸੀ। ਮੈਨੂੰ ਉਹ ਪ੍ਰਵਾਨਗੀ ਪਰਮੇਸ਼ੁਰ ਕੋਲੋਂ ਮਿਲੀ, ਉਸ ਤੋਂ ਮੈਨੂੰ ਕਾਫ਼ੀ ਮਦਦ ਮਿਲੀ। ਉਹ ਚੀਜ਼ਾਂ ਨੂੰ ਵਧੇਰੇ ਚੰਗੀ ਤਰ੍ਹਾਂ ਵੇਖ ਰਿਹਾ ਸੀ, ਉਹ ਉਹਨਾਂ ਚੀਜ਼ਾਂ ਨੂੰ ਵੇਖ ਰਿਹਾ ਸੀ ਜੋ ਮੇਰੇ ਅੰਦਰ ਸਨ। ਉਸਨੂੰ ਇਸ ਗੱਲ ਦੀ ਚਿੰਤਾ ਸੀ ਕਿ ਮੇਰੇ ਦਿਲ 'ਤੇ ਕੀ ਬੀਤ ਰਹੀ ਹੈ। ਅਸਲ 'ਚ ਮੈਂ ਡਰ, ਇਨਸਕਿਉਰਿਟੀ ਅਤੇ ਸ਼ਰਮ ਨਾਲ ਜੂਝ ਰਹੀ ਸੀ ਅਤੇ ਮੈਂ ਆਪਣੀ ਪਛਾਣ ਅਤੇ ਰਿਜੈਕਸ਼ਨ ਦੇ ਸੰਘਰਸ਼ ਨਾਲ ਜੂਝ ਰਹੀ ਸੀ। ਮੈਨੂੰ ਆਤਮ ਵਿਸ਼ਵਾਸ ਜ਼ਰਾ ਵੀ ਨਹੀਂ ਸੀ ਅਤੇ ਉਹ ਚਾਹੁੰਦਾ ਸੀ ਪਹਿਲਾਂ ਮੈਂ ਆਪਣੇ ਅੰਦਰ ਦੇ ਮਸਲੇ ਸੁਲਝਾਵਾਂ। ਜਿਵੇਂ ਕਿ ਜ਼ਬੂਰ 147 ਦੀ 3 ਵਿੱਚ ਕਿਹਾ ਗਿਆ ਹੈ, ਉਹ ਟੁੱਟੇ ਦਿਲ ਵਾਲਿਆਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਸੋਗਾਂ ਦੇ ਪੱਟੀ ਬੰਨ੍ਹਦਾ ਹੈ। ਸੋ ਉਹ ਮੇਰੇ ਜ਼ਖਮ ਚੰਗੇ ਕਰਨ ਲੱਗਾ। ਉਦੋਂ ਤੋਂ ਮੈਂ ਇਹ ਪ੍ਰਾਰਥਨਾ ਕਰਨ ਲੱਗੀ ਕਿ ਹੇ ਪਰਮੇਸ਼ੁਰ, ਜੇ ਤੂੰ ਇਹ ਚਾਹੁੰਦਾ ਹੈ ਕਿ ਮੈਂ ਇਸੇ ਤਰ੍ਹਾਂ ਹੀ ਰਹਾਂ ਤਾਂ ਮੈਨੂੰ ਤੇਰੀ ਸਮਰੱਥਾ ਦੀ ਲੋੜ ਹੋਵੇਗੀ, ਕਿਉਂਕਿ ਮੈਂ ਆਪਣੇ ਆਪ ਇਹ ਨਹੀਂ ਕਰ ਸਕਦੀ ਹਾਂ। ਅਤੇ ਇਸੇ ਦੌਰਾਨ ਜਦ ਮੈਂ ਪਰਮੇਸ਼ੁਰ 'ਚ ਵਧਣ ਲੱਗੀ, ਮੈਂ ਖੁਸ਼ੀ ਅਤੇ ਸ਼ਾਂਤੀ ਪਾਈ ਅਤੇ ਹੁਣ ਜਦੋਂ ਵੀ ਕੋਈ ਮੈਨੂੰ ਕੁਝ ਕਹਿੰਦਾ ਹੈ ਤਾਂ ਮੈਂ ਪਰੇਸ਼ਾਨ ਨਹੀਂ ਹੁੰਦੀ ਜਿਵੇਂ ਪਹਿਲਾਂ ਹੁੰਦੀ ਸੀ, ਕਿਉਂਕਿ ਮੇਰੇ ਲਈ ਜ਼ਿਆਦਾ ਜ਼ਰੂਰੀ ਇਹ ਹੈ ਕਿ
ਪਰਮੇਸ਼ਰ ਮੇਰੇ ਬਾਰੇ ਕੀ ਸੋਚਦਾ ਹੈ ਜਾਂ ਇਸ ਦੇ ਕੀ ਦੂਜੇ ਕੀ ਸੋਚਦੇ ਹਨ। ਇਸ ਦੁਨੀਆਂ 'ਚ ਸ਼ਾਇਦ ਕਈ ਗਰੁੱਪ ਹਨ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਫਿੱਟ ਨਹੀਂ ਹੁੰਦੇ, ਪਰ ਪ੍ਰਭੂ ਦੇ ਰਾਜ ਵਿੱਚ ਸਭ ਲਈ ਜਗ੍ਹਾ ਹੈ। ਉੱਥੇ ਕੋਈ ਖੁਦ ਨੂੰ ਇਕੱਲਾ ਮਹਿਸੂਸ ਨਹੀਂ ਕਰਦਾ। ਪਰਮੇਸ਼ਰ ਬਸ ਇਹ ਚਾਹੁੰਦਾ ਹੈ ਕਿ ਜਿਵੇਂ ਦੇ ਵੀ ਹੋ ਉਸੇ ਤਰ੍ਹਾਂ ਆ ਜਾਓ। ਇਹੋ ਤਾਂ ਉਸਦਾ ਰਾਜ ਹੈ। ਜਿਵੇਂ ਕਿ ਇਬਰਾਨੀਆਂ 1:3-5 ਵਿੱਚ ਲਿਖਿਆ ਹੈ, ਉਹ ਕਹਿੰਦਾ ਹੈ, ਮੈਂ ਤੈਨੂੰ ਕਦੇ ਨਾ ਛੱਡਾਂਗਾ ਅਤੇ ਨਾ ਕਦੇ ਤਿਆਗਾਂਗਾ।